ਮੈਂ ਇੱਕ ਵਾਰ ਇੱਥੇ ਇਹ ਵੀ ਅਰਜ਼ ਕੀਤੀ ਸੀ, ਨਾਮ ਬੜਾ ਜਪੀਂਦਾ ਹੈ, ਬਾਣੀ ਦੀਆਂ ਲੜੀਆਂ ਚੱਲਦੀਆਂ ਨੇ ਗੁਰੂ ਘਰਾਂ 'ਚ, ਪਰ ਆਊਟਪੁੱਟ ਕਿਉਂ ਨਹੀਂ ਇੰਨੇ? ਬਾਣੀ ਪੜ੍ਹਨ ਵਾਲੇ ਦੇ ਮੱਥੇ 'ਤੇ ਤਿਉੜੀ, ਉਹਦੇ ਬੁੱਲ ਗੁੱਸੇ 'ਚ ਫੜਕਣ? ਮੈਂ ਇੱਕ ਵਾਰ ਬੇਨਤੀ ਕੀਤੀ ਸੀ, 10 ਵਿਘਨ ਨੇ, ਅੱਜ ਮੈਂ ਸਿਰਫ ਦੁਹਰਾ ਦੇਣਾ, ਇਹਦੇ ਅਰਥ ਨਹੀਂ, ਨਾ ਮੈਂ ਵਿਸ਼ੇ ਤੋਂ ਦੂਰ ਜਾਵਾਂਗਾ, 10 ਵਿਘਨ ਨੇ ਜਿਹੜੇ ਸਾਡੇ ਅੰਦਰ ਉਸ ਜਪੇ ਹੋਏ ਦਾ ਰਸ ਨਹੀਂ ਬਣ ਦਿੰਦੇ, ਹੱਟ ਕਰਕੇ ਕੀਤਾ ਜਾ ਰਿਹਾ। ਉਹ 10 ਵਿਘਨ 'ਚ ਮੈਂ ਇੱਕ ਵਾਰ ਬੇਨਤੀ ਕੀਤੀ ਸੀ, 4 ਵਿਘਨ ਤਾਂ ਸਾਡੀ ਇਸ ਜ਼ਬਾਨ ਦੇ ਨੇ, 3 ਵਿਘਨ ਸਾਡੀ ਬੋਡੀ ਦੇ ਨੇ। ਪਹਿਲਾਂ ਕਿ ਜ਼ਬਾਨ ਵੀ ਬੋਡੀ ਨਾਲ ਸੰਬੰਧਿਤ ਹੈ, ਪਰ ਮੈਂ ਵਿਆਖਿਆ ਕਰ ਲਈ, 4 ਵਿਘਨ ਜ਼ਬਾਨ ਦੇ ਨੇ, 3 ਸਾਡੀ ਪੂਰੀ ਬੋਡੀ ਦੇ ਨੇ, 3 ਸਾਡੇ ਮਨ ਦੇ ਨੇ, ਜਿਹਦਾ ਪਤਾ ਨਾ ਪੁੱਤਰ ਨੂੰ ਲੱਗਦਾ, ਨਾ ਪਤਨੀ ਨੂੰ ਲੱਗਦਾ, ਨਾ ਮਾਂ ਪਿਓ ਨੂੰ ਲੱਗਦਾ। ਉਹਨਾਂ 4 ਵਿਘਨਾਂ 'ਚ ਸਭ ਤੋਂ ਪਹਿਲਾਂ ਸਾਡੀ ਜ਼ਬਾਨ ਦੇ ਨੇ। ਮੈਂ ਸਿਰਫ ਜੇ ਦੁਹਰਾਰ ਹੋ ਰਿਹਾ, ਮੈਨੂੰ ਬਖਸ਼ ਦਿਆ ਜੇ, ਕਿਉਂਕਿ ਇਸ ਕਰਕੇ ਮੈਂ ਆਪ ਜੀ ਨੂੰ ਸੁਣਾ ਰਿਹਾ ਵੀ ਮੇਰਾ ਮਨ ਵੀ ਇਹਨੂੰ ਜ਼ਰੂਰ ਸੋਚੇ। ਸਭ ਤੋਂ ਪਹਿਲਾਂ ਹੈ ਜਿਹੜਾ ਬੰਦਾ ਜ਼ਬਾਨ ਦਾ ਫਿੱਕਾ ਬੋਲਦਾ, ਉਸ ਬੰਦੇ ਦੇ ਅੰਦਰ ਰਸ ਕਿੱਥੇ ਬਣ ਸਕਦਾ? ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ ਕਿ ਜ਼ਬਾਨ ਦਾ ਫਿੱਕਾ ਕਦੀ ਮਨ ਦਾ ਮਿੱਠਾ ਨਹੀਂ ਹੋ ਸਕਦਾ। ਨਾਨਕ ਫਿੱਕਾ ਬੋਲੇ, ਤਨ ਅਤੇ ਮਨ ਦੋਨੋਂ ਲਫ਼ਜ਼ ਵਰਤੇ, ਤਨ ਮਨ ਫਿੱਕਾ ਹੋਏ। ਜ਼ਬਾਨ ਦਾ ਫਿੱਕਾਪਣ, ਰੁੱਖਾਪਣ ਅੰਦਰ ਰਸ ਨਹੀਂ ਬਣ ਦਿੰਦਾ। ਦੂਸਰੀ ਬੇਨਤੀ ਕਰਾਂਗਾ, ਜਿਹੜਾ ਬੰਦਾ ਜ਼ਬਾਨ ਤੋਂ ਝੂਠ ਬੋਲਦਾ, ਝੂਠੇ ਬੰਦੇ ਦੇ ਅੰਦਰ ਰਸ ਨਹੀਂ ਬਣ ਸਕਦਾ। ਤੀਸਰੀ ਬੇਨਤੀ ਕਿ ਜਿਹੜਾ ਜ਼ਬਾਨ ਤੋਂ ਬੇਨਤੀ ਕੀਤੀ ਝੂਠ ਬੋਲਦਾ, ਫਿੱਕਾ ਬੋਲਦਾ, ਤੀਸਰਾ ਜਿਹੜਾ ਜ਼ਬਾਨ ਤੋਂ ਨਿੰਦਿਆ ਕਰਦਾ, ਯਾਦ ਰੱਖਿਓ ਇਹ ਮਿੱਠੀ ਬੜੀ ਜੇ ਪਰ ਤਬਾਹੀ ਇਸ ਤਰ੍ਹਾਂ ਕਰਦੀ ਜੇ ਜਿਵੇਂ ਮਾਨੋ ਕਿ ਮਿੱਠੇ ਦੇ ਵਿੱਚ ਲਪੇਟ ਕੇ ਕਿਸੇ ਨੂੰ ਜ਼ਹਿਰ ਦਿੱਤਾ ਜਾਏ। ਇਹਦਾ ਸਵਾਦ ਬੜਾ ਹੈ, ਇਹ ਪਹੁੰਚ ਕੇ ਬੰਦਾ ਕਰਦਾ। ਬੇਨਤੀ ਹੈ 1 ਨਿੰਦਿਆ ਵਾਲਾ, ਅਤੇ 4 ਜ਼ਬਾਨ ਦਾ ਦੋਸ਼ ਹੈ ਚੁਗਲੀ। ਇਹ ਨਿੰਦਿਆ ਅਤੇ ਚੁਗਲੀ ਥੋੜ੍ਹਾ ਜਿਹਾ ਫਰਕ ਹੈ। ਨਿੰਦਕ ਬੰਦੇ ਦੇ ਮੱਥੇ 'ਤੇ ਤਿਉੜੀ ਪੈ ਜਾਂਦੀ, ਚੁਗਲ ਮੱਥੇ 'ਤੇ ਤਿਉੜੀ ਨਹੀਂ ਪਾਉਂਦਾ, ਉਹ ਦੋਨਾਂ ਪਾਸਿਆਂ 'ਤੇ ਚੱਲਦਾ। ਯਾਦ ਰੱਖਿਓ, ਨਿੰਦਿਆ ਪਿੱਠ ਪਿੱਛੇ ਹੁੰਦੀ ਹੈ, ਚੁਗਲੀ ਮੂੰਹ ਦੇ ਉੱਤੇ ਹੁੰਦੀ ਹੈ ਇੱਕ ਦੂਜੇ ਦੀ। ਇਹ ਫਿਰ ਸੁਣਿਓ, ਨਿੰਦਕ ਬੰਦਾ ਮੱਥੇ 'ਤੇ ਤਿਉੜੀ ਰੱਖੇਗਾ, ਜਿਹੜਾ ਚੁਗਲ ਬੰਦਾ ਹੈ ਨਾ, ਉਹ ਜਦੋਂ ਮਿਲੇਗਾ ਤੁਹਾਨੂੰ ਮੁਸਕਰਾ ਕੇ ਮਿਲੇਗਾ, ਇੰਝ ਲੱਗੇਗਾ 2 ਮਿੰਟਾਂ 'ਚ ਇਹ ਤੁਹਾਡਾ ਹੀ ਹੈ, ਤਾਂ ਤੁਹਾਡੇ ਤੋਂ ਬਿਨਾਂ ਹੈ ਹੀ ਨਹੀਂ। ਅਤੇ ਮੈਂ ਉੱਥੇ ਬੇਨਤੀ ਕੀਤੀ ਸੀ ਨਿਊ ਵੈਸਟ 'ਚ, ਕਦੀ ਇਮੋਸ਼ਨਲ ਹੋ ਕੇ, ਉਹ ਮੈਂ ਉੱਥੇ ਬੇਨਤੀ ਕਰਕੇ ਆਇਆ ਸਾਂ, ਕਦੀ ਵੀ ਇਮੋਸ਼ਨਲ ਹੋ ਕੇ, ਜਜ਼ਬਾਤੀ ਹੋ ਕੇ ਕਿਸੇ ਨਾਲ ਵਾਅਦਾ ਨਹੀਂ ਕਰਨਾ, ਚੇਤੇ ਰੱਖਿਓ। ਜਦੋਂ ਸਾਨੂੰ ਥੋੜ੍ਹੀ ਜਿਹੀ ਖੁਸ਼ੀ ਮਿਲਦੀ, ਅਸੀਂ ਇਮੋਸ਼ਨਲ ਹੋ ਕੇ ਵਾਅਦੇ ਕਰ ਬੈਠਨੇ। ਜਿਹੜਾ ਵਾਅਦਾ ਰਾਤ ਕਰਕੇ ਆਉਂਦੇ, ਸਵੇਰ ਤੱਕ ਜਦੋਂ ਦਿਮਾਗ ਟਿਕਾਣੇ 'ਤੇ ਹੁੰਦਾ, ਫਿਰ ਫੋਨ ਕਰਕੇ ਭੱਜਣ ਦਾ ਰਾਹ ਲੱਭਣੇ, ਉਹ ਲੱਭੀ ਭੱਜੀਏ ਕਿਵੇਂ? ਸੁਚੇਤ ਹੋਈਏ, ਇਮੋਸ਼ਨਲ ਹੋ ਕੇ ਵਾਅਦਾ ਨਹੀਂ ਕਰਨਾ, ਅਤੇ ਗੁੱਸੇ 'ਚ ਆ ਕੇ ਕਿਸੇ ਦਾ ਫੈਸਲਾ ਨਹੀਂ ਕਰਨਾ, ਕਿਉਂਕਿ ਜਦੋਂ ਗੁੱਸੇ ਨਾਲ ਬੰਦਾ ਫੈਸਲਾ ਕਰਦਾ, ਫਿਰ ਬਾਅਦ ਵਿੱਚ ਪਛਤਾਉਂਦਾ, ਮੈਂ ਕਰ ਕੀ ਬੈਠਾ। ਹੁਣ ਜਿਹੜੀ ਚੁਗਲੀ ਹੈ, ਅਤੇ ਇਹ ਨਿੰਦਿਆ ਤੋਂ ਥੋੜ੍ਹੀ ਜਿਹੀ ਵੱਖਰੀ ਹੈ। ਚੁਗਲਖੋਰ ਜਦੋਂ ਵੀ ਮਿਲੇਗਾ, ਚੇਤੇ ਰੱਖੋ, ਜਿਹਨੂੰ ਮਿਲੇਗਾ ਉਹਨੂੰ ਇੱਕ ਖਿਨ ਚਾਪਣਾ ਬਣਾ ਲਏਗਾ, ਅਤੇ ਚੁਗਲਖੋਰ ਦਾ ਪਹਿਲਾ ਲੱਛਣ ਇਹ ਹੁੰਦਾ, ਜਿਹਦੇ ਪ੍ਰਤੀ ਤੁਸੀਂ ਵਿਰੋਧ ਕਰਦੇ ਹੋ, ਉਹਦੀਆਂ ਗਲਤੀਆਂ ਤੁਹਾਨੂੰ ਦੱਸਣ ਲੱਗ ਪੈਂਦਾ, ਅਤੇ ਮਨ ਇੰਨਾ ਭੈੜਾ, ਇਹ ਪਹਿਲਾਂ ਹੀ ਤਿਆਰ ਹੁੰਦਾ ਉਹਦੇ ਬਾਰੇ। ਜਦੋਂ ਆਪਣੇ ਵਿਰੋਧੀ ਦੀ ਕੋਈ ਗੱਲ ਆ ਕੇ ਕਰਦਾ, ਇਹ ਜਿਹੜਾ ਮੇਰੇ ਵਿਰੋਧੀ ਦਾ ਵਿਰੋਧੀ, ਉਹ ਮੇਰਾ ਮਿੱਤਰ, ਅਸੀਂ ਉਹਨੂੰ ਮਿੱਤਰ ਬਣਾ ਕੇ ਫਿਰ ਦਿਲ ਦੀਆਂ ਸਾਰੀਆਂ ਗੱਲਾਂ ਦੱਸਦੇ ਹਾਂ। ਚੇਤੇ ਰੱਖਿਓ, ਉਹ ਤੁਹਾਡੇ ਕੋਲ ਹੱਸ ਕੇ, ਕਰਕੇ, ਸੁਣ ਕੇ, ਚਾਹ ਪੀ ਕੇ, ਤੁਹਾਡੀ ਸ਼ਾਬਾਸ਼ ਲੈ ਕੇ ਸ਼ਾਮ ਨੂੰ ਉਹਦੇ ਘਰ 'ਚ ਪਹੁੰਚ ਜਾਂਦਾ ਜਿਹਦੇ ਬਾਰੇ ਤੁਸੀਂ ਬੋਲੇ ਹੋਏ ਹੋ, ਉੱਥੇ ਵੀ ਮੁਸਕਰਾਹਟ ਹੋਈ ਰੱਖਦਾ। ਮੈਂ ਫਿਰ ਬੇਨਤੀ ਕਰਾਂਗਾ ਕਿ ਨਿੰਦਿਆ, ਇਹ ਵੀ ਜ਼ਬਾਨ ਦਾ ਵਿਘਨ ਹੈ, ਚੁਗਲੀ, ਝੂਠ ਅਤੇ ਫਿੱਕਾ ਬੋਲਣਾ, ਇਹ 4 ਜ਼ਬਾਨ ਦੇ ਵਿਘਨ ਨੇ। 3 ਮੈਂ ਬੇਨਤੀ ਕੀਤੀ ਸੀ ਸਾਡੀ ਬੋਡੀ ਦੇ ਨੇ, ਹਿੰਸਾ ਕਰਨੀ, ਕਿਸੇ 'ਤੇ ਹੱਥ ਚੁੱਕਣਾ। ਹੁਣ ਇਹਦੇ ਅਰਥ ਇਹ ਨਾ ਕੋਈ ਕਰਨਾ, ਗੁਰਦੇਵ ਨੇ ਸ਼ਸਤਰ ਕਿਉਂ ਚੁੱਕਿਆ? ਇਹ ਕਥਾ ਕਰਦੇ ਇੱਕ ਦਿਨ ਇੱਕ ਸਿੰਘ ਨੇ ਕਿਹਾ ਵੀ ਇਹਦਾ ਮਤਲਬ ਗੁਰਦੇਵ ਹਿੰਸਾ ਕੀਤੀ। ਮੈਂ ਕਿਹਾ ਮੈਂ ਤੈਨੂੰ ਇੱਕੋ ਗੱਲ ਕਹਿਣਾ, ਮੈਨੂੰ ਇੱਕੋ ਪਤਾ, ਬਾਕੀ ਤਾਂ ਜਿਹੜੇ ਤੀਰਾਂ ਨਾਲ ਮਰੇ, ਪਤਾ ਨਹੀਂ ਉਹ ਬੋਲੇ ਕਿ ਨਾ ਬੋਲੇ, ਪਰ ਪੈਂਦੇ ਖਾਂ ਦੇ ਸਿਰ 'ਚ ਗੁਰਦੇਵ ਨੇ ਕੋ ਢਾਲ ਮਾਰੀ,
ਜਦੋਂ ਜ਼ਮੀਨ 'ਤੇ ਲਹੂ ਲੁਹਾਨ ਹੋ ਕੇ ਡਿੱਗਿਆ, ਉਹਦੀਆਂ ਅੱਖਾਂ ਪਾਣੀ ਨਾਲ ਭਰ ਆਈਆਂ। ਛਟਮ ਗੁਰਦੇਵ ਨੇ ਉਹਦੇ ਮੂੰਹ ਦੇ ਉੱਪਰ ਪੈਂਦੀ ਧੁੱਪ ਤੋਂ ਬਚਣ ਲਈ ਢਾਲ ਦੀ ਛਾਂ ਕੀਤੀ, ਉਹਦੀਆਂ ਅੱਖਾਂ ਖੁੱਲੀਆਂ। ਸਤਿਗੁਰੂ ਨੇ ਇਹੀ ਕਿਹਾ ਸੀ ਕਿ ਕਲਮਾ ਪੜ੍ਹ ਅੱਲਾ ਦਾ, ਰੱਬ ਦਾ ਕਲਮਾ ਪੜ੍ਹ, ਤੈਨੂੰ ਰੱਬ ਦੇ ਘਰ 'ਚ ਥਾਂ ਮਿਲੇਗੀ। ਮੈਨੂੰ ਹੋਰ ਕੋਈ ਪਤਾ ਨਹੀਂ, ਸਾਡਾ ਇਤਿਹਾਸ ਕਹਿੰਦਾ ਉਸ ਪੈਂਦੇ ਦੇ ਥਿੜਕਦੇ ਹੋਏ ਬੁੱਲਾਂ ਨੇ ਇਹੀ ਸ਼ਬਦ ਕਿਹਾ ਸੀ, ਦਾਤਾ ਕਿਹੜੇ ਕਲਮੇ ਪੜ੍ਹਾਂ, ਮੈਨੂੰ ਤਾਂ ਪਤਾ ਹੀ ਅੱਜ ਲੱਗਾ ਤੇਰੀ ਢਾਲ ਵੀ ਮੇਰਾ ਕਲਮਾ ਬਣ ਗਈ। ਹੁਣ ਮੈਂ ਇੱਕ ਬੇਨਤੀ ਕਰਾਂਗਾ, ਕੀ ਉਹ ਹਿੰਸਾ ਹੈ? ਸਾਰੇ ਅਸੀਂ ਢਾਡੀ ਸਿੰਘ ਕਥਾ ਵਾਚ ਕੇ ਹੀ ਸੁਣਾਉਂਦੇ। ਮਹਾਰਾਜ ਜੀ ਨੂੰ ਉਹਨੇ ਕਿਹਾ, ਮਹਾਰਾਜ ਮੈਨੂੰ ਕੋਈ ਪਤਾ ਨਹੀਂ ਕਿਹੜਾ ਕਲਮਾ, ਤੇਰੀ ਢਾਲ ਦੀ ਛੂ ਇਹ ਵੀ ਤਰਸ ਨਾਲ ਭਰੀ ਏ, ਲੋਕ ਕਹਿਣਗੇ ਪੈਂਦੇ ਦਾ ਅੰਦਰ ਖਤਮ ਕਰ ਦਿੱਤਾ, ਪਰ ਮੈਨੂੰ ਤਾਂ ਤੇਰੀ ਢਾਲ ਵਿੱਚੋਂ ਵੀ ਨਵਾਜਿਸ਼ ਮਿਲਦੀ ਪਈ। ਮੈਂ ਬੇਨਤੀ ਕਰਾਂਗਾ, ਬੋਡੀ ਦਾ ਮਜ਼ਲੂਮ ਉੱਤੇ ਜ਼ੁਲਮ ਕਰਨਾ, ਹਿੰਸਾ ਕਰਨ ਵਾਲਾ ਬੰਦਾ, ਚੇਤੇ ਰੱਖਿਓ ਉਹਦੇ ਅੰਦਰ ਕਿੱਥੇ ਰਸ ਬਣੇਗਾ। ਦੂਸਰੀ ਬੇਨਤੀ, ਇਹ ਬੋਡੀ ਦਾ ਪਹਿਲਾ ਵਿਘਨ ਹੈ। ਪਹਿਲਾਂ ਚਾਰ ਦੇ ਸੀ, ਜ਼ਬਾਨ ਦੇ ਕੇ ਨੇ ਗੱਲਾਂ ਨੋਟ ਕਰਨ ਵਾਲੀਆਂ ਨੇ, ਖਾਸ ਕਰਕੇ ਆਤਮ ਅਭਿਆਸੀਆਂ ਨੇ। ਦੂਸਰਾ ਸਰੀਰ ਦਾ ਵਿਘਨ ਹੈ, ਚੋਰੀ ਕਰਨੀ। ਚੋਰੀ ਕਰਨ ਵਾਲਾ ਬੰਦਾ ਉਹਦੇ ਅੰਦਰ ਕਿੱਥੇ ਰਸ ਬਣਨਾ। ਚੋਰ ਕੀ ਹਾਮਾ ਭਰੇ ਨਾ ਕੋਈ, ਚੋਰ ਕੀ ਆ ਚੰਗਾ ਕਿਉਂ ਹੋਏ। ਮਹਾਰਾਜ ਜੀ ਨੇ ਕਿਹਾ ਚੋਰ ਚੋਰੀ, ਪਰ ਮੈਂ ਇੱਥੇ ਬੇਨਤੀ ਕਰਾਂਗਾ, ਚੋਰੀ ਦੇ ਅਰਥ ਕੇਵਲ ਆ ਬਾਹਰ ਦੇ ਪਦਾਰਥ ਨਾ ਮੰਨਿਓ। ਬੋਡੀ ਦੂਰ ਬੈਠੀ ਵੀ ਚੋਰੀ ਕਰਦੀ, ਇਹ ਗੱਲ ਕਹੀ ਨਹੀਂ ਜਾਂਦੀ। ਪੈਸੇ ਕਈ ਨਹੀਂ ਚੁੱਕਦੇ, ਕਿਸੇ ਦਾ ਘਰ ਦਾ ਸਮਾਨ ਨਹੀਂ ਚੁੱਕਦੇ। ਬੋਡੀ ਦੇ ਚੋਰੀ ਦੇ ਅਰਥ ਪਦਾਰਥਾਂ ਦੇ ਮਤ ਕਰੋ। ਕਿਸੇ ਨੂੰ ਵੇਖ ਕੇ ਜਿਹੜੇ ਫੁਰਨੇ ਬਣ ਕੇ ਰੂਪ ਚੁਰਾਉਂਦੇ ਨੇ, ਉਹ ਵੀ ਤੱਕ ਚੋਰੀ ਹੈ। ਜਿਹਦੀ ਬੋਡੀ ਚੋਰ ਬਣ ਜਾਏ, ਇਹ ਇਸੇ ਨੂੰ ਮਹਾਰਾਜ ਨੇ ਲਫਜ ਬਾਣੀ 'ਚ ਵਰਤਿਆ ਜੀ ਕਿ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਬੋਡੀ ਵਿੱਚ ਚੋਰ ਨੇ, ਵਿਕਾਰ ਵੀ ਚੋਰ ਨੇ। ਚੋਰ ਕੇਵਲ ਫਿਜ਼ੀਕਲ ਤੌਰ 'ਤੇ ਸਮਾਨ ਚੁੱਕਣ ਦਾ ਨਾਮ ਨਹੀਂ ਪਿਆਰਿਓ, ਸਮਾਨ ਚੁੱਕ ਕੇ ਚੋਰੀ ਕਰਨ ਵਾਲਾ ਬੰਦਾ ਬਦਲ ਸਕਦਾ ਜੇ ਬਹੁਤ ਛੋਤੀ, ਪਰ ਫੁਰਨਿਆਂ ਦੇ ਤੌਰ 'ਤੇ ਅੰਦਰੋਂ ਵਕਾਰਾਂ ਦੇ ਵਿੱਚ ਚੋਰੀ 'ਚ ਗ੍ਰਸਤ ਹੋਇਆ ਬੰਦਾ ਬਦਲਣਾ ਬੜਾ ਮੁਸ਼ਕਲ ਹੈ। ਸਰੀਰ ਦਾ ਚੋਰੀ ਕਿਸੇ ਦੀ ਕਰਨੀ, ਉਹ ਵੀ ਇੱਕ ਵਿਘਨ ਹੈ। ਤੀਸਰੀ ਬੇਨਤੀ ਮੈਂ ਕਰਾਂਗਾ, ਬੋਡੀ ਫਿਰ ਧਿਆਨ ਨਾਲ ਸੁਣਿਓ। ਲਫਜ਼ ਮੈਂ ਦੌਰਾਨ ਲੱਗਾ ਇਸ ਕਰਕੇ ਨਹੀਂ ਕਿ ਮੈਂ ਗੱਲ ਦਾ ਖਲਾਰਾ ਪਾਈ ਬੈਠਾ, ਇਸ ਕਰਕੇ ਮੇਰੀ ਇੱਛਾ ਹੈ ਕਿ ਮੈਂ ਵੀ ਅਤੇ ਆਪ ਜੀ ਵੀ ਘੱਟੋ ਘੱਟ ਜ਼ਿੰਦਗੀ 'ਚ ਯਤਨ ਕਰੀਏ, ਸਤਿਗੁਰੂ ਕਿਰਪਾ ਕਰ ਇਹਨਾਂ ਤੋਂ ਬਚਾ ਲੈ। ਚਾਰ ਜ਼ਬਾਨ ਦੇ ਮੈਂ ਕਹਿ, ਤਿੰਨ ਬੋਡੀ ਦੇ, ਚੋਰੀ ਕਰਨਾ, ਹਿੰਸਾ ਕਰਨਾ, ਤੀਜਾ ਸਾਡੀ ਬੋਡੀ ਦਾ ਇੱਕ ਵਿਘਨ ਹੈ ਜੀ, ਸਰੀਰ ਦਾ, ਕਿਸੇ ਸਰੀਰ ਵੱਲ ਆਕਰਸ਼ਿਤ ਹੋ ਜਾਣਾ ਵਾਸ਼ਨਾ ਅਧੀਨ। ਫਿਰ ਸੁਣਿਓ, ਮੰਨ ਲਓ ਮੋਹ ਦੇ ਅਧੀਨ ਹੋਈ ਮੇਰੀ ਬੋਡੀ, ਮੇਰਾ ਸਰੀਰ, ਮੇਰਾ ਮਨ, ਆਪਣੇ ਬੱਚੇ ਦੇ ਪ੍ਰਤੀ ਮੋਹ ਚਲਾ ਗਿਆ, ਯਾਦ ਰੱਖਿਓ ਵਿਘਨ ਬਣ ਜਾਏਗਾ, ਕਿਉਂਕਿ ਉਹ ਵਾਰ ਵਾਰ ਖਿੰਡਾਅ ਬਣੇਗਾ। ਜੇ ਮੇਰੀ ਸਰੀਰ, ਮੇਰਾ ਤਨ ਇੱਕੋ ਦਮ ਵਾਸ਼ਨਾ ਅਧੀਨ ਦੂਸਰੇ ਦੇ ਸਰੀਰ ਵੱਲ ਆਕਰਸ਼ਿਤ ਹੋਣ ਲੱਗ ਪੈਂਦਾ ਹੈ, ਮਲੀਨ ਵਾਸ਼ਨਾ ਅਧੀਨ, ਉਹ ਕ੍ਰੋਧ ਵੀ ਹੋ ਸਕਦਾ, ਕਾਮ ਵੀ ਹੋ ਸਕਦਾ, ਈਰਖਾ ਵੀ ਹੋ ਸਕਦੀ ਹੈ। ਜਦੋਂ ਸਰੀਰ ਉਹਦੇ ਵੱਲ ਜ਼ਿਆਦਾ ਆਕਰਸ਼ਿਤ ਹੋਵੇਗਾ, ਉਦੋਂ ਅੰਦਰ ਦਾ ਖਿੰਡਾ ਬਣੇਗਾ। ਤਿੰਨ ਵਿਘਨ ਸਾਡੇ ਸਰੀਰ ਦੇ, ਤਿੰਨ ਚਾਰ ਸਾਡੀ ਜ਼ਬਾਨ ਦੇ, ਜਿਹੜੇ ਅਗਲੇ ਤਿੰਨ ਉਹ ਬਹੁਤ ਖਤਰਨਾਕ ਨੇ। ਪਹਿਲਾਂ ਇਹਨਾਂ ਸੱਤਾਂ ਦਾ ਪਤਾ ਲੱਗ ਜਾਂਦਾ ਹੈ, ਪਰ ਜਿਹੜੇ ਉਹ ਤਿੰਨ ਨੇ ਉਹ ਮਨ ਦੇ ਨੇ। ਉਹ ਸਭ ਤੋਂ ਪਹਿਲਾਂ ਹੈ ਮਨ ਦਾ ਕਪਟ। ਕਪਟੀ ਬੰਦੇ ਦੇ ਅੰਦਰ ਰਸ ਨਹੀਂ ਛੇਤੀ ਬਣਦਾ। ਸਤਿਗੁਰੂ ਨੇ ਬਾਣੀ 'ਚ ਕਿਹਾ ਕਿ ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਨਿਕਪਟ ਕਮਾਵੋ ਹਰ ਕੀ ਹਰ ਕਾਲ। ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ। ਦੇਖੋ ਸਤਿਗੁਰੂ ਨੇ ਸ਼ਬਦ ਵਰਤਿਆ, ਉੱਥੇ ਵੀ ਲਫਜ਼ ਕਪਟ ਕਪਟ ਵਰਤਿਆ। ਕਪਟ ਵਾਲਾ ਮਨ ਉੱਥੇ ਰਸ ਨਹੀਂ, ਮਨ ਦਾ ਵਿਘਨ ਹੈ। ਦੂਸਰੀ ਬੇਨਤੀ ਕਰਾਂਗਾ ਕਿ ਜਿਹੜਾ ਬੰਦਾ ਹਰ ਵੇਲੇ ਦੂਜੇ ਦਾ ਬੁਰਾ ਚਿਤਵਦਾ, ਦੂਜੇ ਦੇ ਬੁਰਾ ਚਿਤਣ ਵਾਲੇ ਦੇ ਅੰਦਰ ਵੀ ਰਸ ਨਹੀਂ ਬਣ ਸਕਦਾ। ਮੈਂ ਤਾਂ ਅਰਜ਼ ਕੀਤੀ ਇਹ ਸਾਰੀ ਪ੍ਰੋਬਲਮ ਹੈ ਸਾਡੇ ਅੰਦਰ ਦੀ, ਤਾਂ ਹੀ ਤਾਂ ਇੰਨੇ ਜਪ ਤਪ ਭਜਨ ਬੰਦਗੀ ਇੰਨੀ ਹੁੰਦੀ ਹੈ, ਪਰ ਰੁੱਖਾਪਨ ਦਵੈਸ਼ ਵਾਲਾਪਨ ਨੂੰ ਜਾ ਨਹੀਂ ਰਿਹਾ। ਕਪਟ ਪਰ ਕਾ ਬੁਰਾ ਨਾ ਰੱਖੋ, ਚੀਤ ਤੁਮਕੋ ਦੁੱਖ ਨਹੀਂ,
ਭਾਈ ਮੀਤ ਬਾਬਾ ਜੀ ਨੇ ਇਸ਼ਾਰੇ ਕੀਤੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ ਪੱਲੇ, ਸਭ ਕੁਛ ਪਾਏ। ਇਹ ਮਨ ਦਾ ਪਹਿਲਾ ਵਿਘਨ ਮੈਂ ਅਰਜ਼ ਕੀਤੀ ਹੈ ਕਪਟ, ਦੂਜਾ ਬੁਰਾ ਚਿਤਵਨਾ, ਤੀਸਰਾ ਸਾਡੇ ਮਨ ਦਾ ਵਿਘਨ ਹੈ ਜੈਲਸ, ਜਿਹਨੂੰ ਆਪਾਂ ਈਰਖਾ ਕਹਿੰਦੇ ਹਾਂ, ਜਿਹਨੂੰ ਪਰਾਈ ਤਾਂਤ ਕਹਿੰਦੇ ਹਾਂ। ਇਹ 10 ਵਿਘਨ ਨੇ ਜਿਹੜੇ ਸਾਡੇ ਸਰੀਰ ਦੇ ਵਿੱਚ ਸਾਡੇ ਅੰਦਰ ਉਸ ਰਸ ਨੂੰ ਪ੍ਰਫੁੱਲਤ ਨਹੀਂ ਹੋਣ ਦੇਦੇ ਜਿਹੜੀ ਆਪਾਂ ਸਾਧਨਾ ਕਰ ਰਹੇ ਹਾਂ। ਮੈਂ ਫਿਰ ਬੇਨਤੀ ਉਸੇ 'ਤੇ ਆਵਾਂਗਾ, ਗੱਲ ਬਾਣੀ ਦੀ ਚੱਲ ਰਹੀ ਹੈ। ਗੁਰੂ ਅੰਗਦ ਦੇਵ ਜੀ ਨੂੰ ਸਿੱਖ ਪੁੱਛਦੇ ਨੇ, ਮਹਾਰਾਜ ਜਦੋਂ ਅੰਦਰ ਅੱਗ ਮੱਚੇ ਫਿਰ ਕੀ ਕਰੀਏ? ਹੁਣ ਉਹ ਅੱਗ ਗੁਰੂ ਗ੍ਰੰਥ ਸਾਹਿਬ ਨੇ ਮੈਂ ਅਰਜ਼ ਕੀਤੀ ਪਾਣੀ ਪਾਵਕ ਜਾਂ ਦੁਨੀਆ ਗੁੱਝੀ ਪਾਏ, ਜਿਹਨੂੰ ਬਾਣੀ 'ਚੋਂ ਦੇਖੀ ਵੀ ਗੁੱਝੀ ਪਾਏ ਕਹਿ, ਅਤੇ ਮਹਾਰਾਜ ਦਾ ਇੱਕ ਹੋਰ ਬਚਨ ਹੁੰਦਾ ਜੀ, ਖੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ। ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਹਿੰਸਾ ਕ੍ਰੋਧ ਮੋਹ ਇਹ ਸਭ ਕੁਝ। ਸਤਿਗੁਰੂ ਕਹਿੰਦੇ ਨੇ ਜੇ ਅੰਦਰ ਦੀ ਅੱਗ ਮੱਚਦੀ ਹੋਵੇ, ਕਦੀ ਜੰਗਲ ਦੇ ਹਰਨ ਤੋਂ ਕੋਈ ਸਿੱਖੋ। ਮਹਾਰਾਜ ਜੰਗਲ ਦੇ ਹਿਰਨ ਤੋਂ? ਸਤਿਗੁਰੂ ਕਹਿੰਦੇ ਨੇ ਹਾਂ, ਜਦੋਂ ਜੰਗਲ ਨੂੰ ਅੱਗ ਲੱਗਦੀ ਹੈ ਤਾਂ ਹਿਰਨ ਕੀ ਕਰਦਾ? ਕਹਿੰਦੇ ਸਤਿਗੁਰੂ ਜਦੋਂ ਜੰਗਲ ਨੂੰ ਅੱਗ ਲੱਗਦੀ ਹੈ, ਨੇੜੇ ਪਾਣੀ ਵਗਦਾ ਹੋਵੇ ਤਾਂ ਹਿਰਨ ਇੱਕੋ ਦਮ ਉਸ ਜੰਗਲ ਦੀ ਮੱਚਦੀ ਹੋਈ ਅੱਗ ਤੋਂ ਬਚਣ ਦੇ ਲਈ ਪਾਣੀ ਦੇ ਵਿੱਚ ਚਲਾ ਜਾਂਦਾ ਹੈ, ਪਾਣੀ ਵਿੱਚ ਖਲੋ ਜਾਂਦਾ ਹੈ। ਉਹਨੂੰ ਇੰਨੀ ਕੁਛ ਸਮਝ ਕਹਿ ਉਸ ਪਸ਼ੂ ਨੂੰ ਵੀ ਕਿ ਇਹ ਅੱਗ ਪਾਣੀ ਦੇ ਨੇੜੇ ਨਹੀਂ ਆਏਗੀ। ਉਹ ਅੱਗੇ ਪਾਣੀ ਜਿੱਥੋਂ ਤੱਕ ਖਲੋ ਸਕਦਾ ਉਹਦੇ ਪੈਰ ਜਾਂਦੇ ਨੇ, ਉਹ ਆਪਣੇ ਮੂੰਹ ਨੂੰ ਸਿਰ ਉੱਤੇ ਰੱਖਦਾ ਹੈ, ਬਾਕੀ ਪੂਰੀ ਬੋਡੀ ਨੂੰ ਪਾਣੀ 'ਚ ਲੁਕਾ ਲਿਆ। ਕਿਉਂ? ਕਿਉਂਕਿ ਉਹਨੂੰ ਪਤਾ ਜਿਹੜੀ ਉਹ ਮੱਚਦੀ ਪਈ ਇੱਥੇ ਨਹੀਂ ਆਏਗੀ। ਸਤਿਗੁਰੂ ਕਹਿੰਦੇ ਨੇ ਗੁਰਸਿੱਖੋ, ਜੰਗਲ 'ਚ ਅੱਗ ਮੱਚੇ ਅਤੇ ਹਿਰਨ ਇੱਕੋ ਦਮ ਪਾਣੀ ਦੀ ਸ਼ਰਨ ਵੀ ਚਲਾ ਜਾਂਦਾ ਹੈ, ਜਦੋਂ ਅੰਗਰ ਦੀ ਅੱਗ ਮੱਚਦੀ ਹੋਵੇ ਤੁਸੀਂ ਬਾਣੀ ਦੀ ਸ਼ਰਨ ਵਿੱਚ ਚਲੇ ਜਾਇਓ, ਤੁਹਾਨੂੰ ਤੱਤੀ ਵਾਹ ਨਹੀਂ ਲੱਗੇਗੀ। ਦੇਖੋ ਇਸ ਤਰੀਕਾ ਸਿੱਖ ਸਮਝਾਉਣ।